ਬਠਿੰਡਾ ਜ਼ਿਲ੍ਹੇ ਦੇ ਸਮੂਹ ਪਟਵਾਰੀ ਅਤੇ ਕਾਨੂੰਗਾਂ ਨੇ ਹੈੱਡਕੁਆਰਟਰ ਵਿਖੇ ਤਾਨਾ ਲਾ ਕੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਗੋ ਦੀਆਂ 6 ਪੋਸਟਾਂ 1 ਸਾਲ ਤੋਂ ਖਾਲੀ ਹਨ, ਇਹਨਾਂ ਪਟਵਾਰੀਆਂ ਵਿੱਚੋਂ ਭਰੀਆਂ ਜਾਣ। ਇਸ ਮੌਕੇ ਤੇ ਪਟਵਾਰ ਯੂਨੀਅਨ ਤੇ ਗੁਰਤੇਜ ਸਿੰਘ ਨੇ ਕਿਹਾ। ਨਾਂ ਗੁਰਤੇਜ ਸਿੰਘ ਆ ਜੀ, ਮੈਂ ਰੈਵਨਿਊ ਪਟਵਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਹਾਂ। ਸਾਡੀਆਂ ਕੁਝ ਮੰਗਾਂ ਜੋ DC ਬਠਿੰਡਾ ਨਾਲ ਰਿਲੇਟਡ ਨੇ, ਉਹਦੇ ਵਿੱਚ DRT ਅਤੇ DRM ਦੀਆਂ ਜਿਹੜੀਆਂ ਪੋਸਟਾਂ ਉਹ ਕਾਨੂੰਗੋ ਵਿੱਚੋਂ ਭਰੀਆਂ ਜਾਣੀਆਂ ਨੇ। ਜੇ 2 ਕਾਨੂੰਗੋ ਉਸ 'ਤੇ ਪ੍ਰਮੋਟ ਹੋ ਜਾਣਗੇ ਤਾਂ ਕਾਨੂੰਗੋ ਦੀਆਂ 2 ਪੋਸਟਾਂ ਖਾਲੀ ਹੋ ਜਾਣਗੀਆਂ, ਜਿਹੜੇ ਕਿ ਸਾਡੇ 2 ਪਟਵਾਰੀ ਕਾਨੂੰਗੋ ਬਣਨਗੇ। ਇਹ ਸਾਡੀ ਮੰਗ ਆ ਜਿਹੜੀ ਇਹ ਬੜੇ ਚਿਰ ਤੋਂ ਕਰ ਰਹੇ ਹਾਂ। DC ਸਾਹਿਬ ਨੂੰ ਬਹੁਤ ਵਾਰੀ ਮਿਲੇ ਹਾਂ ਪਰ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੇ। ਦੂਸਰਾ ਮਸਲਾ ਸਾਡਾ ਪੁਲਿਸ ਕੇਸ ਆ, ਜਿਹੜੇ ਉਹ ਸਰਕਾਰ ਦੀਆਂ ਹਦਾਇਤਾਂ ਨੇ ਕਿ ਪੁਲਿਸ ਕਿਸੇ ਵੀ ਪਟਵਾਰੀ ਕਰਮਚਾਰੀ 'ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਉਸ ਜ਼ਿਲ੍ਹੇ ਦੇ DC ਦੀ ਰਾਏ ਲਵੇ, ਪਰ ਇੱਥੇ ਸਿੱਧਮ ਸਿੱਧੇ ਜਿਹੜੇ ਪਰਚੇ ਆ ਉਹ ਪਟਵਾਰੀਆਂ 'ਤੇ ਕੀਤੇ ਜਾ ਰਹੇ ਨੇ। DC ਬਠਿੰਡਾ ਨੂੰ ਇਸ ਸੰਬੰਧੀ ਕਾਫੀ ਵਾਰੀ ਧਿਆਨ 'ਚ ਲਿਆਂਦਾ, ਉਹਨਾਂ ਨੇ ਕਦੇ SSP ਨਾਲ ਜਾਂ ਕਿਸੇ ਪੁਲਿਸ ਅਧਿਕਾਰੀ ਨਾਲ ਇਹ ਗੱਲ ਸਾਂਝੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੀਸਰਾ, ਸਾਡੇ ਪਟਵਾਰਖਾਨੇ ਕੇਂਦਰੀ ਬਣੇ ਹੋਏ ਹਨ, ਉਹਨਾਂ ਦੇ ਵਿੱਚ ਬਾਥਰੂਮ ਲੈਟਰੀਨ ਹੈ ਨਹੀਂ ਅਤੇ ਬੜਾ ਹੀ ਬਦਬੂ ਮਾਰ ਰਹੀ ਆ ਉੱਥੇ। ਇਹ ਛੋਟੇ ਛੋਟੇ ਜਿਹੇ ਮਸਲੇ ਆ, ਇਹਨਾਂ ਦੇ ਥੋੜ੍ਹੇ ਥੋੜ੍ਹੇ ਪੈਸੇ ਲੱਗਦੇ ਆ ਅਤੇ ਇਹ DC ਬਠਿੰਡਾ ਨੂੰ ਬਹੁਤ ਵਾਰੀ ਧਿਆਨ 'ਚ ਲਿਆਂਦਾ ਗਿਆ। ਅਫਸਰਾਂ ਦੀਆਂ ਕੋਠੀਆਂ ਦੇ ਵਿੱਚ PLR ਸੋਸਾਇਟੀ ਦੇ ਵਿੱਚੋਂ ਪੈਸਿਆਂ ਨੂੰ ਮਿਸਯੂਜ ਕਰ ਰਹੇ ਨੇ ਔਰ ਜਿਸ ਪਰਪਸ ਵਾਸਤੇ ਫੰਡ ਜਿਹੜਾ ਲੋਕਾਂ ਦਾ ਇਕੱਠਾ ਕੀਤਾ ਜਾਂਦਾ ਉਹਦੇ ਉੱਤੇ ਲਾਇਆ ਨਹੀਂ ਜਾਂਦਾ, ਕਿਉਂਕਿ ਜਿਹੜੇ ਲੋਕ ਆ ਉਹੀ ਪਟਵਾਰਖਾਨੇ 'ਚ ਆਉਂਦੇ ਨੇ, ਉਹਨਾਂ ਨੂੰ ਬਾਥਰੂਮ ਦੀ ਸਮੱਸਿਆ ਆਉਂਦੀ ਆ। ਹੁਣ ਸਾਡੇ ਨਾਲ ਕੁਝ ਲੜਕੀਆਂ ਵੀ ਪਟਵਾਰੀ ਆ ਗਈਆਂ ਨੇ, ਉਹਨਾਂ ਨੂੰ ਸਾਰਾ ਸਾਰਾ ਦਿਨ ਬਾਥਰੂਮ ਦੀ ਸਮੱਸਿਆ ਆਉਂਦੀ ਆ, ਉਹ ਘਰੋਂ ਕਰਕੇ ਆਉਂਦੀਆਂ ਵਿਚਾਰੀਆਂ, ਘਰੇ ਜਾ ਕੇ ਕਰਦੀਆਂ ਨੇ। ਔਰ DC ਬਠਿੰਡਾ ਨੂੰ ਇਹ ਮੈਂ ਕਾਫੀ ਵਾਰੀ ਧਿਆਨ 'ਚ ਲਿਆਂਦਾ ਪਰ ਇਹਨਾਂ ਨੇ ਕਦੇ ਇਸ ਵੱਲ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਹਮੇਸ਼ਾ ਟਾਲ ਮਟੋਲ ਦੀ ਨੀਤੀ ਹੈ ਜਿਹੜੀ ਇਹ ਇਹਨਾਂ ਦੀ ਚੱਲਦੀ ਹੈਗੀ। ਔਰ ਹੋਰ ਜਿਵੇਂ ਸਾਡੇ ਬਕਾਏ ਪਏ ਨੇ ਮੈਡੀਕਲ ਬਿੱਲ ਨੇ, ਕਈ ਪਟਵਾਰੀਆਂ ਦੇ ਸਰਵਿਸ ਬੁੱਕਾਂ ਅਨਕੰਪਲੀਟ ਨੇ, ਇਹ ਸਾਰੀਆਂ ਗੱਲਾਂ ਵਾਰ ਵਾਰ ਧਿਆਨ 'ਚ ਲਿਆਉਣ ਦੇ ਬਾਵਜੂਦ ਕਦੇ ਇਹਨਾਂ ਨੇ ਇਸ ਵੱਲ ਯਤਨ ਨਹੀਂ ਕੀਤਾ। ਔਰ ਇਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਕਈ ਵਾਰੀ ਨੋਟਿਸ ਦਿੱਤਾ ਕਿ ਜੇ ਤੁਸੀਂ ਇਹ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਅਸੀਂ ਧਰਨਾ ਦੇਵਾਂਗੇ, ਪਰ 15 ਦਿਨ ਦਾ ਸਮਾਂ ਕੱਢਣ ਤੋਂ ਬਾਵਜੂਦ ਅਸੀਂ ਇਹਨਾਂ ਨੂੰ ਫਿਰ ਨੋਟਿਸ ਦਿੱਤਾ ਕਿ 21 ਤਰੀਕ ਤੋਂ ਅਸੀਂ ਧਰਨਾ ਦੇਵਾਂਗੇ, ਪਰ ਇਸ ਵੱਲ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਔਰ ਜਥੇਬੰਦੀ ਪਟਵਾਰ ਯੂਨੀਅਨ ਆ ਜਿਹੜੀ ਬਠਿੰਡਾ ਉਹ ਇਹ ਧਰਨੇ 'ਤੇ ਅੱਜ ਡਟੀ ਹੋਈ ਆ। ਔਰ ਜਿੰਨਾ ਚਿਰ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇੱਕ ਇੱਕ ਮੰਗ ਲਾਗੂ ਨਹੀਂ ਹੁੰਦੀ, ਉਹਨਾਂ ਚਿਰ ਪਟਵਾਰ ਯੂਨੀਅਨ ਇਸ ਤਰ੍ਹਾਂ ਆਪਣੇ ਸੰਘਰਸ਼ 'ਤੇ ਡਟੀ ਰਹੇਗੀ। ਜੈ ਯੂਨੀਅਨ, ਜੈ ਸੰਘਰਸ਼।